ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਆਲੂ ਦੀ ਨਵੀਂ ਜੀ ਰੈਸਪੀ ਬਣਾਵਾਂਗੇ ਜੀ ਚਟਪਟ ਬਣ ਕੇ ਤਿਆਰ ਹੋ ਜੂਗੀ ਸਭ ਨੂੰ ਪਸੰਦ ਆਊਗੀ ਯੂਨੀਕ ਜਿਹੇ ਤਰੀਕੇ ਨਾਲ ਹੀ ਰੈਸਪੀ ਆਪਾਂ ਬਣਾਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਬਿਲਕੁਲ ਛੋਟੀ ਜੀ ਵੀਡੀਓ ਹੈ ਤੇ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਜਿਹੜਾ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਾਡੀ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਇੱਥੇ ਹੈਗੇ ਜੀ ਆਪਣੇ ਕੋਲੇ ਤਿੰਨ ਆਲੂ ਚੰਗੇ ਤਰੀਕੇ ਨਾਲ ਪਾ ਲੂਗਾ ਨੂੰ ਜਿਹੜਾ ਸ਼ੈੱਲ ਕੇ ਤੇ ਤੋਂ ਲਈ ਹੈਗਾ ਤੁਸੀਂ ਨਾ ਸੱਜਰੇ ਆਲੂ ਹੀ ਲਿਓ ਇਸ ਰੈਸਪੀ ਵਾਸਤੇ ਕੋਸ਼ਿਸ਼ ਕਰਿਓ ਜਿਆਦਾ ਬੇਹੇ ਆਲੂ ਨਾ ਹੋਣ ਤੇ ਤਿੰਨ ਆਲੂਆਂ ਨਾਲ ਜਿਹੜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਰੈਸਪੀ ਬਣ ਕੇ ਤਿਆਰ ਹੋ ਜੂਗੀ ਤੇ ਹੁਣ ਜੀ ਆਲੂਆਂ ਨੂੰ ਆਪਾਂ ਕद्दूकश ਕਰਾਂਗੇ ਇਹ ਕद्दूकश ਜਿਹੜਾ ਜਿਆਦਾ ਬਰੀਕ ਹੈ ਇਸ ਰੈਸਪੀ ਵਾਸਤੇ ਤੇ ਆਪਾਂ ਇਹ ਕद्दूकश ਕਰਾਂਗੇ ਦੇਖੋ ਇੰਨਾ ਚਾਹੀਦਾ ਆਪਾਂ ਨੂੰ ਤੇ ਹੁਣ ਜੀ ਆਲੂ ਆਪਾਂ ਗੱਦੂ ਖਾਸ ਕਰ ਲਏ ਹੁਣ ਇਹਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਪਾਉਣੀ ਸਿਰਫ ਨਮਕ ਪਾਉਣਾ ਅੱਧਾ ਚਮਚਾ ਜਿੰਨੇ ਖਾ ਆਲੂ ਲੈਤੇ ਆ ਤੁਸੀਂ ਉਸ ਹਿਸਾਬ ਨਾਲ ਨਮਕ ਪਾਓ ਤੇ ਹੁਣ ਜੀ ਇਸ ਤਰ੍ਹਾਂ ਆਪਾਂ ਨਮਕ ਪਾ ਕੇ ਮਿਕਸ ਕਰਤਾ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਨਾਲ ਤਾਂ ਸਾਰਾ ਸਟਾਰਚ ਨਿਕਲ ਜਾਊਗਾ ਨਾਲ ਹੀ ਜਿਹੜੀ ਆਪਣੀ ਰੈਸਪੀ ਹੈ ਨਾ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਸਿਰਫ 10 ਮਿੰਟ ਰੱਖਣਾ ਜ਼ਿਆਦਾ ਟਾਈਮ ਨਹੀਂ ਦੇਖੋ ਸਾਰਾ ਸਟਾਰਚ ਵੀ ਨਿਕਲ ਗਿਆ ਤੇ ਸਾਰਾ ਜਿਹੜਾ ਇਸ ਤਰੀਕੇ ਨਾਲ ਹੈ ਜਿਹੜੇ ਇਹ ਸੈੱਟ ਹੋ ਗਏ ਹੁਣ ਆਪਾਂ ਇਹਨਾਂ ਨੂੰ ਪਾਣੀ ਨੂੰ ਜਿਹੜਾ ਐਕਸਟਰਾ ਨੂੰ ਨਿਚੋੜ ਦ ਇਸ ਤਰ੍ਹਾਂ ਜੀ ਸਾਰਾ ਪਾਣੀ ਹੈ ਜਿਹੜਾ ਆਪਾਂ ਨਿਚੋੜਤਾ ਦੇਖੋ ਪੂਰੀ ਤਾਕਤ ਲਾ ਕੇ ਜਿਹੜਾ ਤੁਸੀਂ ਇਹਨੂੰ ਸੈੱਟ ਕਰ ਲਿਓ ਆਲੂਆਂ ਨੂੰ ਤੇ ਸਾਰਾ ਸਟਾਰਚ ਵੀ ਹੈ ਜਿਹੜਾ ਆਪਣਾ ਸਾਰਾ ਪਲੇਟ ਦੇ ਵਿੱਚ ਨਿਕਲ ਗਿਆ ਦੇਖੋ ਸਾਰਾ ਸਟਾਰਚ ਨੀਚੇ ਹਾਂ ਜੀ ਆਲੂ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਏ ਤੇ ਸਭ ਤੋਂ ਪਹਿਲਾਂ ਜੀ ਅੱਧਾ ਚਮਚਾ ਆਪਾਂ ਪਾਵਾਂਗੇ ਕਾਲਾ ਨਮਕ ਅੱਧਾ ਚਮਚਾ ਕਾਲੀ ਮਿਰਚ ਥੋੜਾ ਜਿਹਾ ਧਨੀਆ ਪਾਊਡਰ ਬਿਲਕੁਲ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਲਾਲ ਮਿਰਚ ਤੇ ਹੈਗਾ ਜੀ ਮੇਰੇ ਕੋਲੇ ਕਾਰਨ سٹਾਰ ਛੇ ਇਹਦੇ ਸਿਰਫ ਮੈਂ 2 ਜਾਂ 3 ਚਮਚ ਪਾਵਾਂਗੀ ਉਹ ਵੀ ਆਲੂਆਂ ਦੇ ਹਿਸਾਬ ਨਾਲ ਜਿੰਨੇ ਕਾ ਆਲੂ ਲੈ ਇਥੇ ਤੇ ਮੈਂ 3 ਚਮਚ ਪਾਵਾਂਗੀ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਕਰ ਲਾਂਗੇ ਮਿਕਸ ਬਹੁਤ ਹੀ ਆਸਾਨੀ ਨਾਲ ਜਿਹੜਾ ਕਾਰਨ سٹਾਰ ਜ ਆਪਾਂ ਨੂੰ ਬਾਜ਼ਾਰ ਚ ਮਿਲ ਜਾਂਦਾ ਹੈ ਛਟਪਟ ਵੰਨ ਵਾਲੀ ਇਹ ਰੈਸਪੀ ਹੈ ਹਾਂਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਏ ਇਸ ਤਰੀਕੇ ਨਾਲ ਹੁਣ ਆਪਾਂ ਔਇਲ ਹੈ ਜਿਹੜਾ ਉਹ ਗਰਮ ਕਰ ਲੈਣੀ ਹੈ ਤੇ ਇਸ ਤਰ੍ਹਾਂ ਜੀ ਆਪਣੇ ਕੋਲੇ ਹੈਗਾ ਇੱਕ ਕੁੱਕੀ ਕਟਰ ਤੇ ਇਹਦੇ ਵਿੱਚ ਆਪਾਂ ਜਿਹੜਾ ਮਿਕਸਚਰ ਬਣਾਇਆ ਨਹੀਂ ਰੱਖਾਂਗੇ ਤੁਕੀ ਸੇ ਭਾਰੀ ਜੀ ਜਨਾਦੀ ਆਪਾਂ ਇਹਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਦਬਾ ਦੇਾਂਗੇ ਤੇ ਇਸ ਤਰ੍ਹਾਂ ਇਹਨੂੰ ਉਠਾ ਦੇਾਂਗੇ ਸਾਰੇ ਆਪਾਂ ਸੇਮੇ ਉਸੇ ਤਰੀਕੇ ਨਾਲ ਬਣਾ ਬਣਾਏ ਜਿਹੜੇ ਰੱਖ ਲਾਂਗੇ ਬਣਾ ਲਿਆ ਤੁਸੀਂ ਨਾ ਕੋਈ ਵੀ ਪਲਾਸਟਿਕ ਦੀ ਬੋਤਲ ਦਾ ਵੀ ਕੱਟ ਕੇ ਇਸ ਤਰੀਕੇ ਨਾਲ ਡਿਜ਼ਾਈਨ ਬਣਾ ਸਕਦੇ ਹੋ ਜੇ ਤੁਹਾਡੇ ਕੋਲੇ ਗੁਗੀ ਕਟਰ ਨਾ ਹੋਇਆ ਨਾ ਤਾਂ ਛੋਟੀ ਮਤਲਬ ਬੋਤਲ ਹੁੰਦੀ ਹੈ ਕੋਲਡ ਡਰਿੰਕ ਵਾਲੀ ਤਾਂ ਉਹਨੂੰ ਤੁਸੀਂ ਕੱਟ ਕੇ ਐਵੇਂ ਬਣਾ ਲਿਓ ਤੇ ਸਾਰੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਏ ਜੀオイル ਹੈ ਜਿਹੜਾ ਆਪਾਂ ਪਹਿਲੇ మీడియం ਫਲੇਮ ਤੇ ਗਰਮ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਤੇਲ ਆਪਾਂ ਗਰਮ ਕਰ ਲਿਆ ਜੀ ਤੇ ਹੁਣ ਆਪਾਂ ਗਰਮ ਗਰਮ ਤੇਲ ਦੇ ਵਿੱਚ ਜਿਹੜਾ ਇਹਨਾਂ ਨੂੰ ਛੱਡ ਦੇਾਂਗੇ ਇੰਨਾ ਕੁ ਗਰਮ ਤੇਲ ਹੋਣਾ ਚਾਹੀਦਾ ਵੀ ਇੰਨੇ ਕੁ ਬੱਬਲਸ ਬਣਨੇ ਚਾਹੀਦੇ ਆ ਜਿਆਦਾ ਗਰਮ ਤੇਲ ਨਾ ਤੁਸੀਂ ਕਰਿਓ ਵੀ ਹਾਈ ਫਲੇਮ ਤੇ మీడియం ਜੀ ਫਲੇਮ ਤੇ ਗਰਮ ਤੇਲ ਕਰਿਓ ਤੇ ਜਿਆਦਾ ਵਸੇ ਨਾਲ ਵਿੱਚ ਥੋੜਾ ਜਿਹਾ ਗੈਪ ਰੱਖਿਓ ਜਿਆਦਾ ਨਾ ਤੇਲ ਦੇ ਵਿੱਚ ਇਕੱਠੇ ਛੱਡਿਓ ਦੇਖੋ ਇਸ ਤਰੀਕੇ ਨਾਲ ਪੱਕ ਰਹੇ ਆ ਆਪਣੇ ਆਪ ਪਹਿਲਾਂ ਆਪ ਇਹਨਾਂ ਨੂੰ ਪੱਕਾਣ ਦੇਵਾਂਗੇ ਬਿਲਕੁਲ ਤੇ ਇਸ ਤਰ੍ਹਾਂ ਹੀ మీడియం ਫਲੇਮ ਤੇ ਆਪਾਂ ਇਹਨਾਂ ਨੂੰ ਪੱਕਣ ਦਿੱਤਾ ਹੈ ਅੱਧਾ ਕਮਿੰਟ ਲੱਗ ਗਿਆ ਇਹਨਾਂ ਨੂੰ ਤੇ ਅੱਧੇ ਕਮਿੰਟ ਬਾਅਦ ਆਪਾਂ ਚਮਚ ਦੀ ਮਦਦ ਨਾਲ ਨਾ ਇਹਨਾਂ ਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਹਿਲਾ ਦਾਂਗੇ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਕਮਾਉਂਦੇ ਹੋਏ ਆਪਾਂ ਪਕਾਵਾਂਗੇ ਵੀ ਸਾਰੀਆਂ ਸਾਈਡਾਂ ਤੇ 골ਡਨ ਹੋ ਜਾਣ ਵੈਸੇ ਤਾਂ ਤੇਲ ਆਪਾਂ ਬਹੁਤ ਪਾਇਆ ਹੈਗਾ ਚੰਗੇ ਤਰੀਕੇ ਨਾਲ ਤੇਲ ਦੇ ਵਿੱਚ ਜਿਹੜੇ ਇਹ ਡਿਪ ਆ ਗਏ ਦੇਖੋ ਤੇ ਬੱਸ ਇਹਨਾਂ ਨੂੰ 골ਡਨ ਕਰਨਾ ਹੈ ਹੁਣ ਆਪਾਂ మీడియం ਜੀ ਫਲੇਮ ਤੇ ਆਪਾਂ ਇਹਨਾਂ ਨੂੰ 골ਡਨ ਹੋਣ ਦੇਵਾਂਗੇ ਤੇ ਇਸ ਤਰ੍ਹਾਂ ਜੀ ਪੱਕ ਕੇ ਜਿਹੜੇ ਆਪਣੇ ਇਹ 스ਨੈਕਸ ਆ ਤਿਆਰ ਹੋ ਗਏ ਬਿਲਕੁਲ ਅਲੱਗ ਤਰੀਕੇ ਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਇਹ ਦੇਖੋ ਕਿੰਨੇ ਵਧੀਆ 골ਡਨ ਹੋ ਗਏ ਤਕਰੀਬਨ 5 ਕਿ ਮਿੰਟ ਲੱਗੇ ਇਹਨਾਂ ਨੂੰ ਪੱਕਣ ਵਾਸਤੇ ਜ਼ਿਆਦਾ ਟਾਈਮ ਨਹੀਂ మీడియం ਜੀ ਫਲੇਮ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇੱਕ ਪਲੇਟ ਦੇ ਵਿੱਚ ਆ ਗੱਡ ਲਾਂਗੇ ਤੇ ਦੂਜੇ ਵੀ ਸੇਮ ਇਸੇ ਤਰੀਕੇ ਨਾਲ ਆਪਾਂ ਬਣਾ ਲੈਣੇ ਆ ਇਨਾਂ ਨੂੰ ਵੀ ਆਪਾਂ ਬਿਲਕੁਲ ਮੀਡੀਅਮ ਜੀ ਫਲੇਮ ਤੇ ਪੱਕਣ ਦੇਵਾਂਗੇ ਜੀ ਅੱਗ ਤੁਸੀਂ ਬਿਲਕੁਲ ਮੀਡੀਅਮ ਜੀ ਰੱਖਿਓ ਵੀ ਨਾ ਬਾਲੀ ਜ਼ਿਆਦਾ ਤੇ ਨਾ ਬਾਲੀ ਘੱਟ ਤੇ ਸਾਰੇ ਆਪਣੇ ਸਨੈਕਸ ਸਾ ਵੀ ਪੱਕ ਕੇ ਹੋ ਗਏ ਜੀ ਤਿਆਰ ਛੱਟਪਟ ਬਣ ਗਏ ਇਹ ਜ਼ਿਆਦਾ ਟਾਈਮ ਬਿਲਕੁਲ ਨਹੀਂ ਲੱਗਿਆ 10 ਮਿੰਟਾਂ ਦੇ ਵਿੱਚ ਇਹ ਤਿਆਰ ਹੋ ਗਏ ਤੇ ਗਰਮ ਗਰਮ ਇਹਨਾਂ ਨੂੰ ਵੀ ਆਪਾਂ ਕੱਢ ਲਾਂਗੇ ਜੇ ਸਿਰਫ ਆਲੂਆਂ ਤੋਂ ਆਪਾਂ ਇੰਨੇ ਜਿਆਦਾ ਸਨੈਕਸ ਤਿਆਰ ਕਰ ਸਕਦੇ ਹਾਂ ਤਿੰਨ ਕਾਲੂਆਂ ਤੋਂ ਕਿੰਨੇ ਜਿਆਦਾ ਸਨੈਕਸ ਹੀ ਬਣ ਕੇ ਤਿਆਰ ਹੋ ਜਾਂਦੇ ਆ ਨਵੇਂ ਤਰੀਕੇ ਦੇ ਚਾਹੇ ਤੁਸੀਂ ਪਕੌੜੇ ਕਹਿ ਲਓ ਚਾਹੇ ਇਹਨੂੰ ਫ੍ਰੈਂਚ ਫ੍ਰਾਈਜ਼ ਕਹਿ ਲਓ ਬੱਚਿਆਂ ਨੂੰ ਸਸ ਰੈਸਪੀ ਨੂੰ ਜ਼ਰੂਰ ਬਣਾ ਕੇ ਦਿਓ ਬਹੁਤ ਪਸੰਦ ਆਉਗੀ ਸਭ ਨੂੰ ਪਸੰਦ ਆਉਗੀ ਜੀ ਨੂੰ ਵੀ ਤੁਸੀਂ ਇਹ ਮਤਲਬ ਰੈਸਪੀ ਸਰਵ ਕਰੋਗੇ ਨਾ ਬਣਾ ਕੇ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਵੱਧ ਵੱਧ ਸ਼ੇਅਰ ਕਰਿਓ ਜੀ ਚੈਨਲ ਤੇ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਆਪਾਂ ਮਿਲਾਂਗੇ ਨੈਕਸਟ ਵੀ ਸਾਰੇ ਦੇ ਸਾਰੇ ਦੇਖੋ ਜੀ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਐ ਗਰਮ ਗਰਮ ਨੇ ਤੁਸੀਂ ਇਹਨਾਂ ਨੂੰ ਸਰਵ ਕਰਿਓ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹ ਕਿੰਨੇ ਕ੍ਰਿਸਪੀ ਬਣਿਆ ਆਵਾਜ਼ ਸੁਣਿਓ ਤੁਸੀਂ ਸਾਰੀਆਂ ਸਾਈਡਾਂ ਤੋਂ ਤੁਸੀਂ ਇਖਿਆ ਸੀ ਗਰਮ ਗਰਮ ਹਰੀ ਚਟਨੀ ਦੇ ਨਾਲ ਟਮੇਟੋ ਕੇਚੱਪ ਦੇ ਨਾਲ ਇਹਨਾਂ ਨੂੰ ਸਰਵ ਕਰ ਸਕਦੇ ਹਾਂ ਚਾਹ ਦੇ ਨਾਲ ਵੀ ਐਵੇਂ ਬਣਾ ਕੇ ਜਿਹੜਾ ਤੁਸੀਂ ਖਾ ਸਕਦੇ ਹੋ